ਖੜ ਮੈਂ ਜਵਾਨੀ ਚੜ੍ਹਦਾ ਪਈਆਂ ਆ ਜਾਂ ਬਾਬਾ ਹੰਢਾਂਦਾ ਖੜ ਮੈਂ ਜਵਾਨੀ ਚੜ੍ਹਦਾ ਪਈਆਂ ਅਜਾ ਮੇਰਾ ਬਾਬਾ ਹੰਢਾਂਦਾ ਪਈ ਮਾਂ ਪੁੱਤਰ ਦੇ ਪਾਸੇ ਦੇਖ ਕੇ ਅੱਗੇ ਲੱਗਦੇ ਤੂੰ ਹੀ ਉਜੜਿਆ ਅਮਾ ਮੈਂ ਬਾਬੇ ਦੋ ਮੈਨੂੰ ਮਾਂ ਦੀ ਹਾਲ ਨਹੀਂ ਇਹ ਰਾਤ ਧਮੰਡੇ ਭੇੜੀ ਮੰਡੇ ਤੇਰੀਆਂ ਬਹੁਤ ਸਾਰੀਆਂ ਭੇੜੀ ਤੇ ਕੁੱਟਰਦਾ ਦੇਖ ਸਨ ਤੇ ਕੁੱਟਰਦਾ ਦੇਖ ਕੇ ਮਰ ਤੇ ਕੁੱਟਰਦਾ ਦੇਖ ਸਨ ਤੇ ਕੁੱਟਰਦਾ ਦੇਖ ਕੇ ਮਰ ਹੋਇਆ ਸਨ ਰੋ ਸਕਦਾ ਉਹ ਬੀਬੀ ਸੁਣ ਕੀਤਾ ਹੈ ਜਿਹੜੀ ਘੁੰਮਦੀਆਂ ਪਹਾੜੀਆਂ ਚ ਰੁਲ ਕੇ ਬਹਿਣੀ ਕੁਆ ਦੀ ਸਮਾਏ ਨਹੀਂ ਮੇਰੀ ਜ਼ਾਕਰੀ ਤੇ ਅਲਫਾਜ਼ ਸੋਹਣੇ ਉਹਨਾਂ ਸੋਹਣਾ ਕਰਕੇ ਪੜ੍ਹਾ ਬਹਿਣੀ ਕੁਆ ਦੀ ਜਗਾਏ ਸਮਾਏ ਨਹੀਂ ਅੱਜ ਇੱਕ ਬੀਆ ਯੂਸਫ ਨਿਖੜਦਾ ਅੱਜ ਇੱਕ ਬੀਆ ਯੂਸਫ ਨਿਖੜਦਾ ਪਿਆ ਸੁੱਤੀਆਂ ਨਹੀਂ ਕੰਜਰਾ ਸੁੱਤਾ ਹੈ ਭੇਣੀ ਨਹੀਂ ਸੁੱਤੀ ਕੋਈ ਵੇਲਾ ਰਾਤ ਦਾ ਥੀ ਬੀਬੀਆਂ ਦੇ ਕਾਸਿਮ ਜਾਕ ਬਗਦਾਦ ਨਹੀਂ ਵਜਣ ਬਿਸਤਰ ਛੋੜੇ ਸੀ ਭੇਣੀ ਇਵੇਂ ਆਈਆਂ ਦੀ ਮੈਂ ਜੀਕ ਦੇ ਪਾਸੇ ਪਾਣੀ ਕਈ ਸੱਜੇ ਪਾਸੇ ਨਾਲ ਕਈ ਖੱਬੇ ਪਾਸੇ ਨਾਲ ਰੋ ਕੇ ਵਹਿਣ ਕੜੀਆਂ ਕਰੇਂਦੀਆਂ ਸਾਡੇ ਪਿਓ ਕੋ ਢੇਰ ਸਲਾਮ ਸਾਡਾ ਵੀਰ ਹੁਣ ਰੱਬ ਦੇ ਨਾਂ ਤੇ ਪਹਿਲੇ ਹੱਥ ਵੀ ਚੁੰਮੇ ਹੱਥ ਗੜੀਆਂ ਵਾਲੇ ਵਿੱਚ ਹੱਥ ਲਾਵੇ ਕਦਮਾਂ ਤੇ ਸਦਕੇ ਸਦਕੇ ਲੱਖ ਦਫਾ ਪ੍ਰਣਾਮ ਆਖੇ ਧੀਆਂ ਬੋਸੇ ਦੇਂਦੀਆਂ ਹਨ ਇਹਨਾਂ ਸਿੱਖਾਂ ਦੀਆਂ ਜ਼ਰਬਾਂ ਤੇ ਰੱਬ ਜਾਣੇ ਕਿਵੇਂ ਸੰਦਾ ਹੋ ਸੇ ਹੱਥ ਰੱਖ ਕੇ ਸਾਰ ਖੜੀਆਂ ਤੇ ਹਰ ਬੰਦੇ ਦੀ ਅੱਖ ਵਜੋਂ ਖਰੇ ਦੀ ਆਉਂਦੀ ਹੈ ਭੈਣੀ ਤੋਂ ਰਾਹ ਮਾਜ਼ਾ ਦੇ ਰਾਹ ਦਿੱਤਾ ਭੈਣੀ ਤੋਂ ਰਾਹ ਮਾਜ਼ਾ ਦੇ ਰਾਹ ਦਿੱਤਾ ਜਿਹੜੇ ਦੇਖ ਹੈ ਮਾਲਕ ਵੱਤ ਖੇਨ ਵੰਜ ਜਿਹੜੇ ਨਹੀਂ ਦੇਖਾ ਤਾਂ ਇੱਕ ਦਫ਼ਾ ਮੰਜਣ ਦੇਖ ਅਵਨ ਤਾਰੀਖ ਆਦੀ ਹੀਕ ਮਹੀਨਾ ਇੱਕੀ ਦਿਹਾੜੇ ਹਿੱਲੇ ਦੀਆਂ ਪਹਾੜੀਆਂ 'ਚ ਗੁਜ਼ਾਰੇ ਸੀ ਹਿੱਲੇ ਦੀਆਂ ਪਹਾੜੀਆਂ 'ਚ ਗੁਜ਼ਾਰੇ ਸੀ ਪਹਾੜਾਂ ਦੇ ਔਖੇ ਪਨ ਲੈਣ ਅਤੇ ਜਦੋਂ ਤਲੀਆਂ 'ਚੋਂ ਖੂਨ ਵਾਵਿਆ ਨਾ ਰੋ ਕੇ ਆਉਂਦਾ ਇਹ ਤਾਂ ਤਲੀਆਂ ਦਾ ਖੂਨ ਹੈ ਜਿਗਰ ਦਾ ਖੂਨ ਹੀ ਪੈ ਰਹਾ ਵਾਂਜੇ ਦੇਖਾਂ ਆਪਣੀ ਭੈਣ ਦਾ ਕਿਵੇਂ ਖੜਾ ਦੇਖਾਂ ਹਾਂ ਜਿਹਨੇ ਭੈਣ ਦਾ ਕਿਵੇਂ ਖੜਾ ਬੜੇ ਸੋਹਣੇ ਆਸੂ ਆ ਗਏ ਮੌਸਮ ਜੋ ਰੋਣ ਦੀ ਜਿਹੜੇ ਤੁਸਾਂ ਜ਼ਰਦਾਰ ਇਕੱਠੇ ਥੀਂਦੇ ਅਤੇ ਮਜਲਿਸ 'ਤੇ ਆਉਂਦੇ ਨੇ ਕੋਈ ਬਾਬੂ ਖੜਾ ਹੋ ਸੀ ਸੁਚੇਤ ਸੀ ਤਾਂ ਸਹੀ ਜਿੰਨਾ ਕੋ ਰੋਵਣ ਪਾਉਂਦੇ ਪੈ ਨੂੰ ਕੋਈ ਬੇਮੌਸਮੀ ਕਾਇਂ ਤਾਂ ਲੁੱਟ ਜ਼ਰੂਰ ਪਈ ਸਦਕੇ ਹਿੱਲੇ ਪਹੁੰਚੇ
ਨੀ ਲਾਂਦਾ ਪਿਆ ਹਿੱਲੇ ਤੀਜਾ ਮਨ ਮਸਤ ਬਾਹਰੋਂ ਆਲਾਨ ਆਈ ਹੈ ਜਮਾਤ ਬੈਠੀ ਦੀ ਹੈ ਹੁਣ ਤੀ ਮੈਂ ਤਹਿਮੀਦ ਪੜ੍ਹੀ ਹੈ ਹੁਣ ਮੈਂ ਮਸਾਹ ਵੀ ਹੁਣ ਪੜ੍ਹਨੇ ਉਹਦੀ ਪਿੰਨੀ ਹੋਈ ਖਰੇ ਤੇ ਰੋਣ ਵਾਲੇ ਮੰਨੋ ਪਿਛਲੀ ਸਫ਼ ਤੇ ਨਿਗਾਹ ਪਈ ਹੈ ਅੱਖਾਂ ਵਸ ਪਈਆਂ ਰੋ ਕੇ ਆਦੇ ਜੇ ਸੱਕ ਮੁਸਲ ਵਸਣ ਦੇਵੇ ਨਾਲ ਸਾਨ ਬਿਰਾਵਾਂ ਦੀ ਪੂਰੀ ਸੱਤ ਲੱਗਦੀ ਅਸਾਂ ਬਿਰਾਵਾਂ ਦੀ ਪੂਰੀ ਸੱਤ ਲੱਗੇ ਹਾਂ ਨਮਾਜ਼ ਹੀ ਨਮਾਜ਼ ਪੜ੍ਹ ਕੇ ਤੁਰਦੇ ਪਏ ਹਨ ਤੁਹਾਡੇ ਮਿਜ਼ਾਜ ਦਾ ਨਾਂ ਲੱਭ ਲੱਖਾਂ ਤੁਹਾਡੇ ਮਿਜ਼ਾਜ ਦੀ ਜ਼ਾਕਰੀ ਪਿੰਨ ਕੇ ਰੋਮਣ ਵਾਲਾ ਮੋਮਿਨਾ ਇੱਕ ਮੋਮਿਨ ਹੈ ਜਿਹੜਾ ਆਦਾ ਇੱਦਾਂ ਝੁੰਡ ਚ ਗਿਆ ਖੜੇ ਅੱਬਾਸ ਦਾ ਲੰਮੇ ਤੇ ਰੋ ਕੇ ਆਦਾ ਖੜੇ ਮੈਦਾਨ ਲਾ ਕਹਿ ਤੂੰ ਹੀ ਔਖੀ ਨਿਭਾਈ ਹੈ ਜਿਹੜਾ ਫੁੱਫੀਆਂ ਦੇ ਰੰਦੇ ਬਾਜ਼ਾਰ ਤੇ ਦਰਬਾਰ ਟੁਰਦਾ ਰਹੀ ਹੈ ਮੈਦਾਨ ਲਾ ਕਲਾਮ ਹੈ ਸੁਣ ਸਾਂ ਜੋ ਮੇਰੇ ਸੱਤਵੇਂ ਇਮਾਮ ਦੀਆਂ ਕੈਦਾਂ ਛੁੱਟ ਗਈ ਸਦਕੇ 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 ਮੇਰੇ ਸੱਤਵੇਂ ਇਮਾਮ ਦੀਆਂ ਕੈਦਾਂ ਛੁੱਟ ਗਈਆਂ ਨੇ ਬਜ਼ੁਰਗ ਪੜ੍ਹਦੇ ਹਨ ਰਾਹੀ ਕੋ ਮੰਜ਼ਰ ਮਿਲੀ ਹੈ ਰਾਹੀ ਕੋ ਮੰਜ਼ਰ ਮਿਲੀ ਹੈ ਤੁਰਦਾ ਤੁਰਦਾ ਦੇ ਕੋਲ ਆ ਖੜੇ ਅਬੂ ਬਸੀਰ ਰੁਕਾਏ ਜੋ ਜ਼ਮਾਨਾ ਹੀ ਹੋ ਜੀਆਂ ਹਾਂ ਰੋ ਕੇ ਤੇ ਚਾਚਾ ਦੇ ਕੋ ਤੂੰ ਰੋਂਦਾ ਖੜੇ ਨਾ ਇੱਕ ਮੈਂ ਬੁਲੇਂਦਾ ਹੁੰਦਾ ਤੇ ਕੋ ਤੂੰ ਰੋਂਦਾ ਖੜੇ ਇੱਕ ਮੈਂ ਬੁਲੇਂਦਾ ਹੁੰਦਾ ਅਦੇ ਅੱਛਾ ਦੁੱਖ ਵੰਡੇ ਸੂੰ ਸ਼ਹਿਜ਼ਾਦਾ ਦਾ ਮਹਿਮਾਨ ਥੀ ਆ ਇੱਕ ਦਿਹਾੜੇ ਨੇ ਦੋ ਦਿਹਾੜੇ ਨੇ ਜਿਹੜੇ ਤ੍ਰੀ ਜਾਨੀ ਥੀ ਆ ਨਾ ਤ੍ਰੀ ਜਾਨੀ ਜ਼ਾਬ ਤਲੁ ਕਈ ਵਤਾ ਹਾ ਵਤਾ ਦੇ ਕਈ ਵਤਾ ਹਾ ਤ੍ਰੀ ਜਾਨੀ ਥੀ ਹੈ ਅਦੇ ਚਾਚਾ ਕੋਈ ਨੌਕਰੀ ਜ਼ਿੰਮੇ ਲਾ ਅਦੇ ਵਜ੍ਹਾ ਕਿਆ ਹੈ ਰੋ ਕੇ ਅਦੇ ਤ੍ਰੈ ਦਿਹਾੜਾਂ ਤਈ ਮਹਿਮਾਨ ਘਰ ਦਾ ਸਦਕਾ ਕਾਂਦੇ ਅਦੇ ਤ੍ਰੈ ਦਿਹਾੜਾਂ ਬਾਅਦ ਮੈਂ ਕਿਵੇਂ ਰਾਵਾਂ ਮੇਰੇ ਤੇ ਸਦਕਾ ਲੱਗਣਾ ਨਹੀਂ ਇਨਾ ਨਹੀਂ ਸਮਝਾ ਆਪਣੇ ਜ਼ੁਬਾਨ ਹੀ ਦੱਸੀ ਤਾਂ ਖੜਾ ਜੋ ਮੈਂ ਜ਼ਾਤ ਦਾ ਸਈਆ ਦਾ ਸਦਕੇ ਨਾ ਦੱਸੀ ਤਾਂ ਖੜਾ ਹੀ ਜੋ ਮੈਂ ਜ਼ਾਤ ਦਾ ਸਈਆ ਦਾ ਵਤਨਾਂ ਤੇ ਬਹਿ ਕੇ ਮੈਂ ਵਤਨਾਂ ਪੁਰਾਉਣ ਵਾਲੇ ਲੋਕੋ ਸਬੀਲ ਤੇ ਨੌਕਰੀ ਲੱਗੀ ਹੈ ਆਉਂਦੇ ਵਹਿਣਾ ਕੋ ਪਾਣੀ ਪਿਲਾਵੇ ਹਾ ਬਜ਼ੁਰਗ ਪੜ੍ਹਦੇ ਹਨ ਦੂਰ ਸ਼ਹਿਜ਼ਾਦੇ ਹੀ ਹੋ ਜਾਣ ਜਿਨ੍ਹਾਂ ਦੀ ਸਫ਼ਰਾਂ 'ਚ ਲੱਥੀ ਅਤੇ ਬਹਿਣੀ ਨਾ ਦਿੱਤੀ ਉਹ ਕਿਹੜੇ ਕਿਹੜੇ ਨੇ ਹੀ ਫੁਰਸਾਇਨ ਦਾ ਅਕਬਰ ਦੂਜਾ ਇਮਾਮ ਮੂਸਾ ਕਾਜ਼ਮ ਦਾ ਪੁੱਤਰ ਹੈ ਸਦਕੇ ਅੱਲਾ ਮਾ ਜ਼ਿੰਦਗੀ ਹੋਵੇ ਭਾਈ ਜ਼ਿੰਦਗੀ ਦਾ ਰਾਜ਼ ਹੋਵੇ ਇੱਕ ਦੀ ਭੈਣ ਵਤਨ 'ਤੇ ਰੁਲ ਗਈ ਹੈ ਬਾਹਰ ਦੀ ਹੇਕ ਨਾ ਇਹਦੀਆਂ 18 ਭੈਣਾਂ ਰੁਲੀਆਂ ਸਫ਼ਰਾਂ 'ਚ ਲੱਥੀ ਅਤੇ ਭੈਣਾਂ ਨਾ ਦਿੱਤੀ ਅਬੂ ਬਸੀਰ ਆਪਣੇ ਘਰ ਮੈਂ ਇਵੇਂ ਪੜ੍ਹਦਾ ਖਾਣਾ ਜਿਵੇਂ ਕਾਲੀ ਕੁਰਾਨ ਪੜ੍ਹਦਾ ਅਬੂ ਬਸੀਰ ਘਰ ਕਦਮ ਰੱਖੇ ਇਹਦੀ ਕਾਲਾ ਦੀ ਆਦੀ ਤੇਰੀ ਧੀ ਆਸਮਾ ਜਵਾਨ ਹੈ ਮੇਰਾ ਪੜ੍ਹਨਾ ਸੌਖਾ ਹੈ ਤੁਹਾਡਾ ਸੁਣਨਾ ਸੌਖਾ ਹੈ ਆਦੇ ਦਾੜੀ ਤਾਂ ਉਹਦੀ ਲਹਿ ਪਈ ਹੈ ਆਦੀ ਕਹਿੰਦੀ ਦਾੜੀ ਜਿਹਦੀ ਸਬੀਲ ਅਤੇ ਨੌਕਰੀ ਹੈ ਤਾਨਾ ਦੇ ਕੇ ਆਦੀ ਉਹਦੇ ਨਾਲ ਧੀ ਦਾਖਤ ਕਰਨਾ ਹੈ ਜਿਹਦੀ ਜ਼ਾਤ ਦਾ ਪਤਾ ਹੀ ਕੋਈ ਨਹੀਂ ਜਿਹਦੇ ਵਤਨ ਦਾ ਪਤਾ ਹੀ ਕੋਈ ਨਹੀਂ ਆਦੇ ਚੁੱਪ ਕਰ ਜਦਾਂ ਕੰਡ ਕਰਕੇ ਤੁਰਦਾ ਹੈ ਮੈਂ ਕੋਈ ਸਤਵਾਂ ਇਮਾਮ ਨਜ਼ਰ ਆਉਂਦਾ ਸਦਕੇ
ਸਦਕੇ ਸਦਕੇ ਇਹਨਾਂ ਕਾਨ ਕਾਨ ਕੇ ਟੁਰਦਾ ਹੈ। ਮੈਂ ਕੋ ਸਤਵਾਂ ਇਮਾਮ ਨਜ਼ਰ ਆਉਂਦਾ ਸ਼ਾਦੀ ਦੀ ਤਾਰੀਫ ਤਾਂ ਇੱਥੇ ਹੀ ਇੱਕ ਜੁਮਲਾ ਇੱਥੇ ਵਾਜਬ ਸਮਝਾਉਣਾ ਬਜ਼ੁਰਗਾਂ ਦੇ ਜਦੋਂ ਸਿਹਰੇ ਪਾਤੇ ਸੁਣਾ ਪਰਦੇਸ ਚਲੋ ਪੜ੍ਹ ਛੋੜਾਂ ਜ਼ਿੰਦਗੀ ਦਾ ਪਤਾ ਕੋਈ ਨਹੀਂ ਰੋਵਣ ਵਾਲਾ ਮੋਮਿਨਾਰ ਜਿਵੇਂ ਜਿਵੇਂ ਤਾਰੀਖ ਨੇੜੇ ਆਉਂਦੀ ਗਈ ਜੰਗਲਾਂ 'ਚ ਰੋਂਦਾ ਰਹੀ ਅਬੂ ਬਸੀਰ ਪੁੱਛੇ ਰੋਂਦਾ ਕਿਉਂ ਹੈ ਆਪਦੇ ਚਾਚਾ ਸ਼ਾਦੀ ਉਹ ਚੰਗੀ ਲੱਗਦੀ ਹੈ ਜਿਹਦੇ 'ਚ ਮਾਂ ਹੋਵੇ ਜਿਹਦੇ 'ਚ ਬਹਿਣੀ ਹੋਵੇ ਗੱਡੀ ਵਾਲਾ ਰੋਜ਼ ਸੰਗਦੇ ਤਾਂ ਵਧਣ ਲੱਭਦੇ ਆਪਦੇ ਜਿੱਤਾਂ ਬਹਿਣੀ ਨਹੀਂ ਮਾਂ ਮਲਦੇ ਤਾਂ ਬਹਿਣੀ ਮੰਗਵਾ ਮਾਂ ਮੰਗਵਾ ਆਪਦੇ ਚਾਚਾ ਪਰਦਾਦਾ ਤਦਾਂ ਬੈਰਾਂ ਦਿਨ ਜਦਾਂ ਦੀਨ ਅਤੇ ਔਖੀ ਬਾਲਾਂਦੇ ਅੱਲਾ ਗਵਾਏ ਦੀਨ ਦਾ ਨਾਮ ਹੈ ਰੋ ਕੇ ਆਪਦੇ ਦੀਨ ਪਿੱਛੋਂ ਤਾਂ ਦੀਆਂ ਦੀਆਂ ਬਾਜ਼ਾਰ 'ਚ ਗਈਆਂ ਸੱਚੇ ਸੱਚੇ ਮੈਂ ਸੱਚੇ ਵਜਾਂ ਦੀਨ ਪਿੱਛੋਂ ਤਾਇਰੀ ਦੀਆਂ ਧੀਆਂ ਬਾਜ਼ਾਰਾਂ 'ਚ ਗਈਆਂ ਇਹ ਰਾਤ ਜਿਹੜੀ ਮਹਿੰਦੀ ਵਾਲੀ ਰਾਤ ਆਈ ਨਾ ਦਰਜਾਤ ਬੁਲਾਉਂਦਾ ਬਾਬੇ ਨਿਆਜ਼ ਸਨ ਸ਼ਾਹ ਉਹ ਪੜਦੇ ਆਉਂਦੇ ਹਨ ਜਦੋਂ ਮਹਿੰਦੀ ਅਤੇ ਸਿਹਰਾ ਪਰਦੇਸ ਪਾ ਬੈਠੇ ਕੋਈ ਸ਼ਾਦੀ ਯਾਦ ਆਈ ਇਸ ਅੱਖਾਂ ਵੱਸ ਗਈਆਂ ਨਬੂ ਵਜ਼ੀਰ ਆਦੇ ਰੋਂਦਾ ਚੁਣਿਆ ਦੇ ਉਹ ਕਰੋਂਦਾ ਜਿਹਦੀ ਲਾਟ ਅਤੇ ਘੋੜੇ ਪਾ ਗਏ ਹਨ ਸਦਕੇ 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 ਜ਼ਿੰਦਗੀ ਆਉਂਦੇ ਹੋਏ ਬੈਠਾ ਜਦ ਲਾਸ਼ ਤੇ ਘੋੜੇ ਹੱਟ ਗਏ ਹਨ ਬੜਾ ਰੋ ਬੈਠੇ ਸ਼ਾਦੀ ਠੀਕ ਗਈ ਸ਼ਾਦੀ ਦੇ ਬਾਅਦ ਹਰ ਮਰਦ ਦੀ ਖਾਹਿਸ਼ ਜੋ ਅੱਲਾ ਦੀ ਜ਼ਾਤ ਮੈਂ ਪੁੱਤਰ ਦੇ ਇਹ ਵਾਹੇ ਮੂਸਾ ਕਾਜ਼ਮ ਦਾ ਪੁੱਤਰ ਹੈ ਮੇਰੇ ਸੱਤਵੇਂ ਇਮਾਮ ਦਾ ਹਰ ਨਮਾਜ਼ ਤੋਂ ਬਾਅਦ ਆਉਂਦਾ ਮੇਰਾ ਅੱਲਾ ਮੈਂ ਕੋਈ ਇੱਕ ਧੀ ਦੇ ਅਗਰ ਮੇਰੇ ਹਿੱਸੇ 'ਚ ਕੋਈ ਪੁੱਤਰ ਹੈ ਉਹ ਮੋਮਿਨ ਕੋ ਦੇਵੇ ਜਾਂਦਾ ਨਾ ਹੋਵੇ ਆਸਮਾ ਆ ਕੇ ਆ ਪੁੱਤਰ ਮੰਗਦਾ ਹੈ ਧੀ ਮੰਗਦਾ ਪੁੱਤਰ ਨਹੀਂ ਮੰਗਦਾ ਰੋ ਰੋ ਕੇ ਆਖਿਆ ਪੁੱਤਰ ਉਹ ਮੰਗਦੇ ਜਿਨ੍ਹਾਂ ਦੀਆਂ ਜਾਇਦਾਦਾਂ ਢੇਰ ਹੋਵੇ ਪੁੱਤਰ ਉਹ ਮੰਗਦੇ ਨੇ ਜਿਨ੍ਹਾਂ ਦਾ ਵਤਨ ਆਪਣਾ ਹੋਵੇ ਆਪਦੇ ਧੀ ਵਾਸਤੇ ਮੰਗਦਾ ਧੀ ਮਈਅਤ ਦੀ ਵਾਰੇ ਸੌਂਦੀ ਹੈ ਅਗਰ ਕੋਈ ਰੋਵਣ ਦੇ ਵੇਖਾਂ ਸਦਕੇ 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 ਅਗਰ ਕੋਈ ਲਾਸ਼ ਤੇ ਝਿਣਕਾ ਨਾ ਦੇਵੇ ਤਾਂ ਅਗਰ ਕੋਈ ਰੋਵਣ ਦੇ ਸਦਕੇ ਦੀ ਨਾ ਕੋਈ ਸਮਝ ਆਈਏ ਧੀਆਂ ਉਹ ਮੰਗਦੇ ਨੇ ਜਿਨ੍ਹਾਂ ਦੇ ਲਾਸ਼ ਤੇ ਰੋਵਣ ਵਾਲਾ ਕੋਈ ਨਾ ਹੋਵੇ ਸਾਲ ਤੋਂ ਬਾਅਦ ਅੱਲਾ ਦੀ ਜ਼ਾਤ ਨੇ ਇਹ ਸ਼ਹਿਜ਼ਾਦੇ ਕੋਲ ਇੱਕ ਧੀ ਅਤਾ ਕੀਤੀ ਭੈਣ ਦੇ ਹਮਨਾਮ ਜਿਹੜੀ ਕੁੰਭ ਦੀਆਂ ਪਹਾੜੀਆਂ 'ਚ ਰੁਲ ਕੇ ਮਰ ਗਏ ਨਾ ਫਾਤਮਾ ਰੱਖਸ ਜਦੋਂ ਧੀ ਤੁਰਨ ਜੋਗੀ ਥਈਏ ਬੜੀ ਦੁਖੀ ਜ਼ਾਕਰੀ ਦੇ ਦੁੱਖੇ ਲਫ਼ਜ਼ ਪੜ੍ਹਦਾ ਧੀ ਵਧੀ ਥਈਏ ਹਾਂ ਤੇ ਸਮਾਵੇ ਹਾਂ ਧੀ ਸੰਭਣ ਦੀ ਆਦਿ ਠੀਕ ਗਈਏ ਧੀ ਦੀਆਂ ਚੋਟੀਆਂ ਚੁੰਮ ਕੇ ਆਖਿਆ ਮੇਰੀ ਧੀ ਸੰਭਣ ਦੀ ਹੇ ਲਗ ਜ਼ਿਆਦਾ ਨਾ ਥੀਵੇਂ ਸੀਨੇ ਤੇ ਸੰਭਣ ਵਾਲੀਆਂ ਰੁੱਲ ਵੱਜਦੀਆਂ ਸਦਕੇ ਲੱਖ ਦਫ਼ਾ ਪੜ੍ਹਾਂ ਬਈ ਮੈਂ ਲੱਖ ਦਫ਼ਾ ਪੜ੍ਹਾਂ ਸੀਨੇ ਤੇ ਜ਼ਿਆਦਾ ਸੰਭਣ ਦੀ ਆਦੀ ਨੱਥੀਵੇਂ ਸੀਨੇ ਤੇ ਸੰਭਣ ਵਾਲੀਆਂ ਰੁੱਲ ਵੱਜਦੀਆਂ ਸੀਨੇ ਤੇ ਸਮਾਵੇ ਦੇਖੋ
ਸੋਹਣੀਆਂ ਸੋਹਣੀਆਂ ਗੱਲ ਨਹੀਂ ਕਰਿਆ, ਮੈਂ ਇੱਥੇ ਥੱਕਦਾ ਪਿਆ, ਮੇਰੀ ਨੌਕਰੀ ਨਸੀਹਤ ਮੇਰਾ ਜ਼ਿੰਦਗੀ ਦਾ ਪੱਤਰ ਕੋਈ ਨਹੀਂ, ਇਵੇਂ ਹਾਂ ਤੇ ਸਮਾ ਹੋਇਆ ਦੀ ਜ਼ਿਆਦਾ ਸਮਣ ਦੀ ਆਹ ਦਿੱਥੀ ਹੈ, ਅੱਜ ਮੇਰੀ ਦੀ ਜ਼ਿਆਦਾ ਹੇ ਤੱਕ ਨੱਥੀ ਹੈ, ਸੀਨੇ ਤੇ ਸਮਣ ਵਾਲੀਆਂ ਰੋ ਲਵੇ ਦੀ ਅੰਦਰ ਦਾ ਸੀਨਾ ਨਾ ਲੱਭੇ, ਨਾ ਸੱਜੇ ਨੀਂਦਰਾਂ ਦੀ ਹੈ, ਨਾ ਖੱਬੇ ਨੀਂਦਰਾਂ ਦੀ ਹੈ, ਪਤ ਰੋ ਰੋ ਕੇ ਆਦੀ ਬਾਬਾ ਦੱਸਾ ਯਤੀਮ ਕਿਵੇਂ ਸੁਣਦੇ, ਅੱਲਾ ਮਾਂ ਜ਼ਿੰਦਗੀ ਹੋਵੇ, ਜ਼ਿੰਦਗੀ ਦਾ ਆਬਾਦ ਰਾਵੇ, ਮਾਲਕ ਤੁਹਾਡਾ ਪੁਰਸਾ ਕਬੂਲ ਕਰੇ। ਚਾਦਰ ਕਰਾ ਕੇ ਧੀ ਤੂੰ ਆਗਿਆ ਦਰ ਤੂੰ ਪੈਰ ਨਾ ਵਜੇ, ਤੂੰ ਇਹਦੀ ਵੱਡੀ ਪਰਦਾਦਾਰ ਹੈ, ਤੇਰੀ ਡਾਰੀ ਦਾ ਜਨਾ ਦਾ ਸਦਕੇ ਰੋਣ ਵਾਲੇ ਮੋਮਨੋ ਪਤਾ ਨੀ ਤੂੰ ਅੱਖਾਂ ਮੈਂ ਪੜ੍ਹ ਸਕਾਂ ਜਾਂ ਨਾ, ਕੱਲ ਰਾਤ ਮੇਰਾ ਬੇਰਾ ਹਸਨ ਮੇਰੇ ਪਿੱਛੋਂ ਆਈ, ਮਾਲਕ ਜ਼ਿੰਦਗੀ ਦਾ ਰਾਜ਼ ਕਰੇ ਸੀ, ਇਹ ਅਗਲੇ ਲਾਲ ਤੇ ਲੰਗਰ ਵਾਲੇ ਤੇ ਮਜਲੇ ਸਕਾਂ ਮੈਂ ਪੜ੍ਹੀ ਕੋਈ ਨਹੀਂ, ਇਹ ਧੀ ਕੋ ਹਾਂ ਨਾਲ ਲੈਂਦਾ ਆਈ, ਬਤ ਧੀ ਇਤਨੀ ਆਦੀ ਠੀਕ ਗਈ ਆਈ, ਬਾਬਾ ਸਬੀਰ ਤੇ ਵਹਿੰਦਾ ਹਾਂ ਤੇ ਧੀ ਨਾਲ ਵਹਿੰਦੀ ਹੈ, ਰੋਣ ਵਾਲਾ ਮੋਮਿਨਾ ਜਿਹੜੇ ਧੀ ਨਾਲ ਵਹਿੰਦੀ ਹੈ, ਅੱਜ ਪੰਜੀ ਰਜਬ ਦਾ ਨਹੀਂ ਹਾਂ, ਅੱਗੇ ਥੋੜੀਆਂ ਖੜੀਆਂ ਰਹੀਆਂ ਜਿੰਨਾ 15-15 ਅਜ਼ਾਨਾਂ ਇਕੱਠੀਆਂ ਸੁਣੀਆਂ। ਰੋਣ ਵਾਲੇ ਮੋਮਿਨ ਹੁਣ ਤੁਰ ਪਿਆ ਸਬੀਲ ਤੇ ਨੌਕਰੀ ਹੈ, ਸਬੀਲ ਤੇ ਆ ਕੇ ਆਪਣੀ ਨੌਕਰੀ ਪਿਆ ਦੇਂਦਾ ਹਾਂ, ਇੱਕ ਮੁਸਲਮਾਨ ਹੈ ਪਾਣੀ ਪਿਲਾ ਸੀ, ਪਾਣੀ ਪਿਲਾ ਸਦ ਰਾਜ ਰਾਜ ਪੀ ਸਾਡੇ ਤੱਸੇ ਮਾਰੇ, ਹਾਏ ਮੁਹਰਮ ਸੁਣਨ ਆਇਆ ਬੈਠੇ, ਰਾਜ ਰਾਜ ਕੇ ਪੀ ਸਾਡੇ ਵਾਂਦੇ ਦੀਆਂ ਕੰਦੀਆਂ ਤੋਂ ਤੱਸੇ ਮਾਰੇ, ਇਹ ਬਾਜ਼ਾਰ ਵਿੱਚ ਕੀ ਹੈ ਜ਼ਹਿਰ ਖਰੀਦ ਕੀਤੇ, ਸ਼ਰਬਤ ਬਣਾਇਆ ਸੀ ਇਹ ਜਿਹੜੇ ਤੁਸੀਂ ਸਬੀਲ ਲੈਂਦੇ ਹੋ ਨਾ, ਇਹ ਅਸਾਂ ਦਾ ਸਾਰਾ ਪੜ੍ਹਨਾ ਸੌਖਾ, ਇਹ ਖੁਦਾ ਗਵਾਹ ਹੈ ਇਹ ਹਿੱਲੇ ਵਾਲੇ ਦੀ ਸੁਨਤ ਹੀ, ਸਬੀਲ ਤੇ ਨੌਕਰੀ ਹੁੰਦੀ ਆਈ ਨਾ, ਆਉਂਦੇ ਵਹਿੰਦੇ ਕੋ ਪਾਣੀ ਪੀ ਲੈਂਦਾ ਹਾਂ ਨਾ, ਤੇ ਆਹਦਾ ਹੀ ਸਾਰੇ ਤੱਸੇ ਮਾਰੇ, ਅੱਜ ਤਾਂ ਛੋਟੇ ਛੋਟੇ ਬੱਚੇ ਹੱਥ ਬੰਨ ਕੇ ਆਹਦੇ ਖੜੇ ਪਾਣੀ ਪੀਤੀ ਵਜੋ, ਅੱਲਾ ਗਵਾਹ ਇਹ ਹੁੰਦੇ ਕਰਬਲਾ ਹੁਸੈਨ ਦਾ ਅਸਗਰ ਤੱਸਾ ਨਾ ਮਰੀ ਜੇ, ਸਦਕੇ ਜ਼ਿੰਦਗੀ ਹੋਵੇ ਬਾਈ, ਜ਼ਿੰਦਗੀ ਦਾ ਰਾਜ ਹੋਵੇ, ਹੁਸੈਨ ਦਾ ਅਸਗਰ ਬਸ ਵਹਿਣ ਸੁਣਾਵਾ ਮੈਂ ਬੰਦ ਕਰਨਾ, ਉਹ ਸੋਹਣਾ ਰੋ ਬੈਠੇ, ਇਜਾਜ਼ ਖਰੀਦ ਕੀਤੇ ਸ਼ਰਬਤ ਬਣਾ ਕੇ ਦਿੱਤੇ ਸੀ 2 ਫੁੱਟ, ਸੈਦ ਵਾਪਸ ਕੀਤੇ ਅੱਧੇ ਤਹਿਦੇ ਕੀਤੇ, ਸੈਦ ਅੱਧੇ ਹੀ ਕਧੀ ਹੈ ਜੇ ਕੋ ਰੋਵਣ ਦਾ ਜਾਈ ਦੇ, ਸਿੱਕਾ ਧੀ ਹੈ ਜੇ ਕੋ ਮੈਂ ਕਰਨ ਦਾ ਜਾਈ ਦੇ, ਉਹਨੇ ਸਦਕੇ ਤੇ ਜਿਗਰ ਤੇ ਹੱਥ ਰੱਖਿਆ ਸੀ,
ਇਹਦਾ ਅਸਰ ਕੀਤਾ ਬਾਬਾ ਆਸ਼ਿਕ ਹੁਸੈਨ ਸਾਹਿਬ ਰੋਕਿਆ ਲੈ ਉਹ ਪੜਦੇ ਆਉਂਦੇ ਰੋ ਕਿਆ ਤਾਂ ਖੜੇ ਤੂੰ ਤਾਂ ਦਾਵੇਂ ਜੋ ਕੁਝ ਨਹੀਂ ਦੇਖਣਾ ਮੇਰਾ ਰੰਗ ਜ਼ਰਦ ਥੀਂਦਾ ਵੇਂਦੇ ਮੇਰੇ ਹੱਥਾਂ ਦਾ ਰੰਗ ਜ਼ਰਦ ਥੀ ਗਿਆ ਉੱਠਦਾ ਬਾਂਦਾ ਖੜਦਾ ਤੁਰਦਾ ਆਪਣੇ ਦਰਵਾਜ਼ੇ ਤੇ ਆ ਬੈਠੇ ਹੱਕਲ ਮਾਰ ਕੇ ਦੇ ਦਰ ਖੋਲ ਮੇਰੀ ਪਰਦਾਦਾਰ ਬਛੜੀ ਸਦਕੇ 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 ਅੱਲਾ ਗਵਾਏ ਦੀ ਜਲਦੀ ਨਾਲ ਦਰਵਾਜ਼ਾ ਖੋਲ ਗੰਦੀਆਂ ਨੇ ਜਦਾਂ ਦੀ ਰਿੱਟੇ ਖੂਨ ਦੀ ਉਲਟੀ ਆਈ ਰੋ ਕੇ ਆਦੀ ਖੜੀਏ ਬਾਬਾ ਤੈ ਕੋ ਕੈ ਮਾਰੇ ਬਾਬਾ ਜੀ ਔਰ ਮਾਂ ਨੇ ਮੈਂ ਤੇਰਾ ਪੁੱਤਰ ਹਾਂ ਮੈਂ ਬਦਲਾ ਗਿਆ ਜਲਦੀ ਕਰ ਜ਼ਹਿਰ ਮਿਲ ਗਈ ਬਿਸਤਰ ਬਣਾ ਦੇ ਛੋਟੀ ਧੀ ਉਸ ਹੁਣੇ ਮਜਲਿਸ ਮੁੱਕ ਵੰਨੇ ਚਾਰ ਸਾਲਾਂ ਦੀ ਧੀ ਉਹ ਕਵਾ ਕੇ ਬਿਸਤਰ ਬਣਾ ਦੇ ਨਹੀਂ ਬਣਾ ਸਕਦਾ ਸੱਜੂ ਬਣੇ ਦੀਏ ਖੱਬੂ ਲਿਟੀ ਵੇ ਖੱਬੂ ਬਣੇ ਦੀਏ ਸੱਜੂ ਲਿਟੀ ਵੇ ਹੱਕਲ ਮਾਰ ਗਿਆ ਦੇ ਮੈਂ ਕੋ ਦੱਸਾਂ ਮੇਰੀਆਂ ਫੁੱਫੀਆਂ ਦਾ ਕਿਹੜਾ ਨਾਂ ਹੈ ਆ ਮੈਂ ਕੋ ਦੱਸਾਂ ਮੇਰੇ ਚਾਚੇ ਕਿੱਧਰ ਆ ਦੇ ਜ਼ਿੰਦਗੀ ਦਰਾ ਜ਼ਿੰਦਗੀ ਦਰਾ ਮੈਂ ਕੋ ਦੱਸਾਂ ਮੇਰੀਆਂ ਫੁੱਫੀਆਂ ਦਾ ਕਿਹੜਾ ਨਾਂ ਸੁਣਦਾ ਹੀ ਹਾਂ ਮੈਂ ਰੋਂਦਾ ਹੀ ਹਾਂ ਮੇਰੀਆਂ ਫੁੱਫੀਆਂ ਦਾ ਕਿਹੜਾ ਨਾਂ ਹੈ ਮੇਰੇ ਚਾਚਾ ਦਾ ਕਿਹੜਾ ਨਾਂ ਧੋਣੀ ਜੋ ਜ਼ਹਿਰ ਦਾ ਸਰਈ ਰੋ ਕੇ ਆਦੇ ਨੱਸਦੇ ਉਹ ਵਧੀਆ ਪਰਦਾਦਾਰੇ ਉਹ ਵਧੀਆ ਪਰਦਾਦਾਰ ਮੈਂ ਕੁਝ ਸਾ ਮਾਂ ਕਿਨ ਗਈ ਨਾਨਕੀ ਹਵੇਲੀ 'ਚ ਗਈ ਵਨ ਮਾਂ ਕੁਝ ਸਦਾ ਮਾਂ ਦੇ ਸਾਹਮਣੇ ਆਉਂਦੀ ਹੈ ਮਾਂ ਕਣ ਕਰਵੇਂ ਆਦੇ ਕਿਵੇਂ ਬਲਾਵਾਂ ਤੇਰੀਆਂ 18 ਜੋ ਰੁਲ ਗਈਆਂ ਸਦਕੇ 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 ਕਿਵੇਂ ਝੋਲੀ 'ਚ ਬਲਾਂ ਤੇਰੀਆਂ ਮਿੱਟੀਆਂ ਤੇ ਰੁਲ ਗਈ ਵਾਪਸ ਆਈ ਰੋ ਕੇ ਆਦੇ ਬਾਬਾ ਉਹ ਕੁਝ ਸਾਡੀ ਲੱਗਦੀ ਏ ਸਾਡੀ ਲੱਗਦੀ ਉਹ ਹੱਥ ਲੱਗੀ ਆਈ ਉਹ ਹੁਣ ਧੀ ਦੇ ਵਾਲ ਮਿੱਟੀ ਰਲਾਈ ਲੱਗੀ ਮੈਂ ਆਪੇ ਲੱਗੀ ਆ ਸਿਜਣਾ ਕਿ ਹਾਏ ਨਿਕਲੀ ਰੋਣ ਲਾ ਜਦੋਂ ਮਾਂ ਕੋ ਲਈ ਆਦੀ ਅੰਮਾ ਕੋਈ ਲਾਗੇ ਦਾ ਮਰ ਗਿਆ ਉਸੀ ਮੈਨੂੰ ਦੇਖ ਮੇਰਾ ਬਾਬਾ ਲਾਲੇ ਦਾ ਮੈਂ ਮਾਂ ਅੱਲਾ ਗਵਾਏ ਜਲਦੀ ਨਾ ਲਈ ਆਦੀ ਨਾਰਾਜ਼ ਨੱਥੀ ਮੈਂ ਨੁਕਸਾਨ ਬੰਦਾ ਥੀ ਕਾਸਿਮਾ ਤੇ ਮੈਨੇ ਤੁਸ ਯਾਦ ਰੋ ਕੇ ਆਦੀ ਨਰਵਾ ਸਾਡਾ ਸਤਵਾਂ ਇਮਾਮ ਆਈ ਜਿਹਦਾ ਨਾਮ ਮੂਸਾ ਕਾਲੇ ਜ਼ਿੰਦਗੀ ਇਲਾਕਾ ਬਰਬਾਦ ਥੀ ਗਿਆ ਦੁਨੀਆ ਬਰਬਾਦ ਥੀ ਵਨਿਆ ਇੱਕੋ ਨ ਤੁਰੇ ਕਾਸਿਮਾ ਦੇ ਕੌਮ ਰੋ ਕੇ ਆਦੀਆ ਜਾਣਦਾ ਤੋਂ ਸੇ ਸਾਡਾ ਸਤਵਾਂ ਇਮਾਮ ਆਈ ਜਿਹਦਾ ਨਾਮ ਮੂਸਾ ਕਾਲੇ ਮਾਈ ਰੋਣ ਵਾਲਾ ਅਸਰ ਜੋ ਥੀ ਹੈ ਮਿੱਟੀ ਤੇ ਜਾਣ ਪੀ ਹੈ ਅਕਲ ਮਾਰ ਕੇ ਆਵੇ ਹਾਏ ਉਹ ਪਰਦੇਸੀ ਦਾ ਬਾਬਾ ਆਵੇ ਹਾਏ ਉਹ ਮੁਸਾਫਿਰ ਛੱਡ ਕੇ ਅੱਲਾ
ਅਲਾਵਾ ਜ਼ਿੰਦਗੀ ਜ਼ਿੰਦਗੀ ਮੈਂ ਲੱਖ ਦਫ਼ਾ ਪੜਦਾ ਰਹਾਂ, ਮੈਂ ਲੱਖ ਦਫ਼ਾ ਪੜ ਕੋਈ ਆਖਰ ਹੈ ਕਿ ਜੋ ਸੀ ਬਾਕੀ ਸਫ਼ਾ ਨਾ ਕਰਾਂਗਾ। ਹੈ ਵੋ ਮੁਸਾਫਿਰ ਦਾ ਬਾਪ, ਹੈ ਵੋ ਪਰਦੇਸੀ ਦਾ ਬਾਪ, ਹੈ ਵੋ ਮੁਸਾਫਿਰ ਦਾ ਬਾਪ, ਅਕਲ ਮਾਰ ਕੇ ਆ ਦੇ ਬਚਣਾ ਬਚਣਾ। ਅਬੂ ਬਸੀਰ ਨਾ ਨੇ ਕੋ ਸਾਦ ਇਹਨੇ ਪੜਾ ਚਾ ਨਾ ਨੇ ਕੋ ਸਾਦ ਇਹਨੂੰ ਧੀ ਤੁਰਦੀ ਪਈ ਇਹਨੂੰ ਮਾਂ ਦੀ ਕਿਹੜੀ ਹਾਲਤ ਉਦਾਂ ਹੀ ਕਰੀਏ ਜਿੱਦਾਂ ਬਾਬਾ ਬੈਠ ਹੱਕਲ ਮਾਰ ਕੇ ਆ ਦੀਏ ਸਾਰਾ ਕੋ ਬਹਿਰ ਘੱਟ ਆਵਾਜ਼ ਆਉਂਦੇ ਕੋਈ ਮਾਮੇ ਦਾ ਪੋਤਰੀ ਵੀ ਕੋਈ ਚਾਚੇ ਦਾ ਪੋਤਰੇ ਆ ਦੀਏ ਕਹਿਣ ਦੀ ਕੁਝ ਨਾ ਲੱਗਦੀ ਅੱਜ ਪਤਾ ਲੱਗਾ ਮੈਂ ਬਤੂਲ ਦੀ ਨੂੰ ਅੱਜ ਪਤਾ ਲੱਗਾ ਮੈਂ ਮੂਸਾ ਕਾਜ਼ਮ ਦੀ ਨੂੰ ਸਦਕੇ 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 ਅਸਵੈਣ ਸੁਣਾਉਂ ਬੜਾ ਰੋ ਬੈਠਾ ਲੱਖ ਦਫ਼ਾ ਪੜਦਾ ਰਹਾਂ ਰੋਣ ਵਾਲਾ ਮੋਮਿਨਾ ਅਬੂ ਅਬੂ ਬਸੀਰ ਕਰੀਬ ਹੈ ਧੀ ਦਾ ਹੱਥ ਚਾ ਕੇ ਅਬੂ ਬਸੀਰ ਦੇ ਹੱਥ ਰੱਖ ਰੋ ਕੇ ਆ ਕੇ ਬੈਠਾ ਆਏ ਮੋਮਿਨ ਮਰਦ ਆਬਾਦ ਹੋਵੇ ਤੇ ਰਾਜ਼ੀ ਹੋਵੀ ਜ਼ਾਤ ਖੁਦਾ ਦੀ ਰੋ ਕੇ ਆਦਾ ਬੈਠੇ ਹੀ ਕਹੁਜ ਦੀ ਗਹਾ ਕਰੇ ਦਹਾਈ ਨੇ ਦਿਲ ਕਾਸਿਮ ਦੀ ਆਦੀ ਆਦਾ ਬੈਠੇ ਮੈਂ ਦੀ ਧੀ ਮਾਸੂਮਾ ਮਗਦੂਮਾ ਦੀ ਤੇ ਕਰੇ ਉਮਤੀ ਨਾਲ ਨਸ਼ਾ ਦੀ ਮੈਂ ਪੁੱਤਰ ਹਾਂ ਮੂਸਾ ਕਾਸਿਮ ਦਾ ਮੇਰੀ ਧੀ ਖੁਸ਼ ਨਸੀਬ ਅਬੂ ਬਸੀਰਾ ਦੇ ਤੂੰ ਰੋ ਮੰਨਾ ਕਰਨ ਵਾਲਾ ਕੋਈ ਨੀ ਮੈਂ ਬਾਜ਼ਾਰ ਕਫਰ ਕਫੂਰ ਘਿਨਾ ਨਾ ਜਦਾਂ ਕੀ ਇਹ ਦਰਵਾਜ਼ਾ ਖੁੱਲ੍ਹਾ ਜਦਾਂ ਵੱਲੇ ਬੰਦ ਅੱਕਰ ਮਾਰ ਕੇ ਤੇ ਦੀ ਦਰਵਾਜ਼ਾ ਖੋਲਾ ਦੇ ਇੰਤਜ਼ਾਰ ਕਰ ਕੌਣ ਆਇਆ ਬੈਠਿਆ ਤੇ ਕੇ ਦੱਸਾਂ ਮੈਂ ਵਾਰਿਸ ਆ ਗਏ ਕਿਹੜਾ ਕਿਹੜਾ ਵਾਰਿਸ ਸੀ ਕਬੀ ਬੀਏ ਤੇ ਦੇ ਕੰਨਾਂ ਚ ਖੂਨ ਹੈ ਭਾਈ ਬੀਬੀ ਜੈ ਦੇ ਕਿਸ ਦੀਆਂ ਲਾਲ ਹੈ ਭਾਈ ਬੀਬੀ ਜੈ ਦੇ ਦੋਵੇਂ ਹੱਥ ਪਾਸੇ ਦੇ